ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਮਹਿਜ਼ 72 ਘੰਟੇ ਬਾਕੀ ਨੇ ਕੱਲ 13 ਅਕਤੂਬਰ ਨੂੰ ਸ਼ਾਮ 5 ਵਜੇ ਚੋਣ ਪ੍ਰਚਾਰ ਵੀ ਥੰਮ ਜਾਊਗਾ 15 ਨੂੰ ਵੋਟਾਂ ਪੈਣਗੀਆਂ ਪਰ ਇਸ ਦਰਮਿਆਨ ਵੱਡੀ ਖਬਰ ਆ ਰਹੀ ਹੈ ਕਿ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਬਾਅਦ ਚੋਣ ਕਮਿਸ਼ਨ ਨੇ ਵੀ ਕਈ ਪਿੰਡਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਨੇ ਗਿੱਦੜਵਾਹਾ ਦੇ ਨਾਲ ਜੁੜੀ ਵੱਡੀ ਖਬਰ ਹੈ ਇਸ ਹਲਕੇ ਦੇ ਵਿੱਚ ਨਾਮਜ਼ਦਗੀਆਂ ਵਾਪਸ ਲੈਣ 'ਚ ਵੱਡਾ ਫਰਜ਼ੀਵਾੜਾ ਹੋਇਆ ਕਾਂਗਰਸ ਤੇ ਅਕਾਲੀ ਦਲ ਨੇ ਮਾਨ ਸਰਕਾਰ ਖਿਲਾਫ ਇਲਜ਼ਾਮ ਲਾਇਏ ਸਨ ਕਮਿਸ਼ਨ ਦੇ ਕੋਲ ਸ਼ਿਕਾਇਤਾਂ ਪਹੁੰਚੀਆਂ ਸਨ ਜਿਸ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਨੇ 24 ਪੰਚਾਇਤਾਂ ਦੀਆਂ ਸਰਪੰਚੀ ਚੋਣਾਂ ਰੱਦ ਕਰ ਦਿੱਤੀਆਂ ਨੇ ਯਾਨਕਿ ਗਿੱਦੜਬਾਹ ਦੇ 24 ਪਿੰਡਾਂ ਦੇ ਵਿੱਚ 15 ਅਕਤੂਬਰ ਨੂੰ ਵੋਟਾਂ ਨਹੀਂ ਪੈਣਗੀਆਂ ਸਾਰੇ ਪਿੰਡ ਬਲੌਕ ਗਿੱਦੜਬਾਹ ਦੇ ਵਿੱਚ ਹੀ ਆਉਂਦੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਹੈ ਵੜਿੰਗ ਨੇ ਕਿਹਾ ਕਿ ਸਾਥੀਓ ਇਨਸਾਫ ਦੀ ਇਹ ਲੜਾਈ ਆਪਾਂ ਜਿੱਤ ਲਈ ਐ ਹੁਣ ਸਮਾਂ ਐ ਕਿ ਸਾਡੇ ਨਾਲ ਇਸ ਪ੍ਰਕਾਰ ਦੀ ਤੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਚੋਣਾਂ ਦੌਰਾਨ ਸਬਕ ਸਿਖਾਇਆ ਜਾਵੇ ਇਹਨਾਂ ਦੇ ਹੁਣ ਇਲੈਕਸ਼ਨ ਇਹਨਾਂ ਪਿੰਡਾਂ ਦੇ ਨਹੀਂ ਹੋਣਗੇ ਛੇਕ ਨੂੰ ਕਿਹਾ ਸੀਗਾ ਵੀ ਭੰਗੜੇ ਪਾਉਣੇ ਐ ਤੇ ਆਪਾਂ ਵੱਡੀ ਲੜਾਈ ਜਿੱਤਦੇ ਆਂ ਵੱਡੀ ਲੜਾਈ ਜਿੱਤਦੇ ਆਂ ਸੋ ਅੱਜ ਜਿਹੜਾ ਤੱਕੇ ਚੀ ਦਾ ਅੰਤ ਹੋਇਆ ਹਾਲਾਂਕਿ ਇੱਕ ਦਿਨ ਪਹਿਲਾਂ ਗਿੱਦੜਬਾਹ ਹਲਕੇ ਦੇ ਇੱਕ ਪਿੰਡ ਦੇ ਇੱਕ ਵਿਅਕਤੀ ਨੇ ਜਿਸ ਦੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਨੇੜਤਾ ਹੈ ਉਸਨੇ ਇਹ ਵੀ ਇਲਜ਼ਾਮ ਲਾਏ ਸਨ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਰਾ ਡਰਾਮਾ ਕਰ ਰਹੇ ਨੇ ਕਿਸੇ ਦੇ ਵੀ ਕਾਗਜ਼ ਤੱਕੇ ਨਾ ਰੱਦ ਨਹੀਂ ਕੀਤੇ ਗਏ ਬਲਕਿ ਲੋਕਾਂ ਨੇ ਆਪ ਆਪਣੇ ਕਾਗਜ਼ ਵਾਪਸ ਲਏ ਨੇ ਕਹਿੰਦੇ ਜਦੋਂ ਵੜਿੰਗ ਹੁਣੀ ਸੱਤਾ ਦੇ ਵਿੱਚ ਹੁੰਦੇ ਸੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਦੋਂ ਕਹਿੰਦੇ ਇਹਨਾਂ ਨੇ ਸਾਡੇ ਪਰਚੇ ਰੱਦ ਕਰਵਾਏ ਸਨ ਪਰ ਚੋਣ ਕਮਿਸ਼ਨ ਨੇ ਸ਼ਿਕਾਇਤਾਂ ਨੂੰ ਸਹੀ ਮੰਨਦੇ ਹੋਏ ਇਹ ਕਾਰਵਾਈ ਕੀਤੀ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਾਮਜ਼ਦਗੀਆਂ ਰੱਦ ਕਰਨ ਦੇ ਖਿਲਾਫ ਸ੍ਰੀ ਮੁਖਸਰ ਸਾਹਿਬ ਤੇ ਗਿੱਦੜਵਾਹਾ ਦੇ ਵਿੱਚ ਵੱਖੋ-ਵੱਖਰੇ ਧਰਨੇ ਵੀ ਦਿੱਤੇ ਸਨ ਦੋਵਾਂ ਦਾ ਇਲਜ਼ਾਮ ਸੀ ਕਿ ਫਰਜ਼ੀ ਤਰੀਕੇ ਨਾਲ ਉਹਨਾਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਾਪਸ ਲੈਣ ਦੀ ਸ਼ਰਾਰਤ ਖੇਡੀ ਗਈ ਹੈ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਵਾਪਸ ਨਹੀਂ ਲਏ ਸਨ ਇਹਨਾਂ ਦੇ ਪਰਚੇ ਧੱਕੇ ਨਾਲ ਵਾਪਸ ਕੀਤੇ ਗਏ ਇਸ ਤੋਂ ਪਹਿਲਾਂ ਪੰਜਾਬ ਰਾਣਾ ਹਾਈ ਕੋਰਟ ਨੇ ਵੀ ਸਖਤੀ ਦਿਖਾਉਂਦੇ ਆ 270 ਪੰਚਾਇਤਾਂ ਨੇ ਚੋਣਾਂ ਰੱਦ ਕਰ ਦਿੱਤੀਆਂ ਸਨ 100 ਹੋਰ ਪਿਟੀਸ਼ਨਾਂ ਤੇ ਹਾਈ ਕੋਰਟ 14 ਅਕਤੂਬਰ ਨੂੰ ਸੁਣਵਾਈ ਕਰੇਗਾ ਤੇ ਹੁਣ ਤੱਕ 600 ਦੇ ਕਰੀਬ ਪਿਟੀਸ਼ਨਾਂ ਪਹੁੰਚੀਆਂ ਨੇ ਹਾਈ ਕੋਰਟ ਦੇ ਵਿੱਚ ਇਹ ਸਾਨੂੰ ਪਤਾ ਲੱਗਿਆ ਤੇ ਸਾਰੀਆਂ ਪਿਟੀਸ਼ਨਾਂ ਤੇ 14 ਨੂੰ ਸੁਣਵਾਈ ਹੋਏਗੀ ਪੰਜਾਬ ਸਰਕਾਰ ਵੀ ਅਦਾਲਤ ਪਹੁੰਚੀ ਹੈ ਤੇ ਉਸ ਪਿਟੀਸ਼ਨ ਤੇ 16 ਅਕਤੂਬਰ ਨੂੰ ਸੁਣਵਾਈ ਹੋਵੇਗੀ ਹਾਲਾਂਕਿ ਪੰਜਾਬ ਸਰਕਾਰ ਨੇ ਅਪੀਲ ਕੀਤੀ ਹੈ ਅਦਾਲਤ ਨੂੰ ਕਿ 14 ਨੂੰ ਹੀ ਉਹਨਾਂ ਦੀ ਪਿਟੀਸ਼ਨ ਦੀ ਵੀ ਸੁਣਵਾਈ ਕੀਤੀ ਜਾਵੇ ਪਟਿਆਲਾ ਦੇ ਵਿੱਚ ਪੰਚੀ ਦੇ ਇੱਕ ਉਮੀਦਵਾਰ ਨੇ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈ ਹੈ ਪਿੰਡ ਨਰੜੂ ਦੇ ਗੁਲਜ਼ਾਰ ਮੁਹੰਮਦ ਨੇ ਕਣਕ ਵਿੱਚ ਰੱਖਣ ਵਾਲੀ ਦਵਾਈ ਹਾ ਕੇ ਆਪਣਾ ਜੀਵਨ ਖਤਮ ਕੀਤਾ ਦਰਸਲ ਗੁਲਜ਼ਾਰ ਨੇ ਆਪਣੀ ਨਾਮਜ਼ਦਗੀ ਵਾਪਸ ਲਈ ਸੀ ਕੁਝ ਲੋਕਾਂ ਨੇ ਗੁਲਜ਼ਾਰ ਤੇ 50000 ਲੈ ਕੇ ਕਾਗਜ਼ ਵਾਪਸ ਲੈਣ ਦਾ ਇਲਜ਼ਾਮ ਲਾ ਦਿੱਤਾ ਜ਼ਲਾਲਤ ਨਾਲ ਸਹਾਰਦਾ ਹੋਇਆ ਗੁਲਜ਼ਾਰ ਜ਼ਹਿਰ ਨਿਗਲ ਗਿਆ ਪੁਲਿਸ ਨੇ ਪਿੰਡ ਦੇ 7 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਦਬਾਅ ਪਾ ਕੇ ਉਸ ਦੇ ਕਾਗਜ਼ ਵਾਪਸ ਕਰਵਾਏ ਸੀ ਤੇ ਫਿਰ ਪਿੰਡ ਦੇ ਵਿੱਚ ਗਲਤ ਪ੍ਰਚਾਰ ਵੀ ਕੀਤਾ ਕਿ ਉਸ ਨੇ ਪੈਸੇ ਲੈ ਕੇ ਕਾਗਜ਼ ਚੱਕੇ ਨੇ ਮਲੇਰ ਕੋਟਲਾ ਦੇ ਵਿੱਚ ਪਰਮਜੀਤ ਸਿੰਘ ਸਰਪੰਚੀ ਦਾ ਉਮੀਦਵਾਰ ਹੈ ਪਰ ਉਸ ਤੇ ਜਾਨਲੇਵਾ ਹਮਲਾ ਹੋਇਆ ਹੈ ਕੁਛ ਹਣਪਛਾਤੇ ਲੋਕਾਂ ਨੇ ਕਹਿੰਦੇ ਉਸਤੇ ਹਮਲਾ ਕਰਕੇ ਉਸਨੂੰ ਲਹੂ ਲਹਾਨ ਕੀਤਾ ਪਰਮਜੀਤ ਸਿੰਘ ਦਾ ਚੋਣ ਸ਼ਾਨ ਟਰੈਕਟਰ ਸੀ ਤੇ ਪਿੰਡ ਬਾਗੜੀਆਂ ਤੋਂ ਚੋਣ ਸਰਪੰਚੀ ਦੀ ਲੜ ਰਿਹਾ ਹੈ परमजीत सिंह ਨੇ ਕਿ ਹਾਕ ਦੇ ਵਿਰੋਧੀ ਉਮੀਦਵਾਰ ਉਸ ਨੂੰ ਧਮਕੀ ਦੇ ਕੇ ਗਿਆ ਸੀ ਕਿ ਜੇ ਤੂੰ ਆਪਦੇ ਕਾਗਜ਼ ਵਾਪਸ ਨਾ ਲਏ ਤਾਂ ਅਸੀਂ ਹਰ ਹੀਲਾ ਅਪਣਾਵਾਂਗੇ। ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਇੱਕ ਆਡੀਓ ਵੀਡੀਓ ਜਾਰੀ ਕੀਤਾ ਹੈ। ਇਸ ਦੇ ذریعے ਮਜੀਠੀਆ ਨੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਗੰਭੀਰ ਇਲਜ਼ਾਮ ਲਾਉਂਦੇ ਕਿ ਹੈ ਕਿ ਪੰਚਾਇਤੀ ਚੋਣਾਂ ਚ ਹੋ ਰਹੀ ਧੱਕੇਸ਼ਾਹੀ ਦੀ ਇੱਕ ਹੋਰ ਮਿਸਾਲ ਹਲਕਾ ਜਨਾਲਾ ਦੇ ਪਿੰਡ ਨਿਜ਼ਾਮਪੁਰ ਤੋਂ ਮਿਲੀ ਹੈ ਜਿੱਥੇ ਕੈਬਨਟ ਮੰਤਰੀ ਢਾਲੀਵਾਲ ਨizampur ਵਾਸੀ ਸਰਵਣ ਸਿੰਘ ਨੂੰ ਪੰਚਾਇਤੀ ਚੋਣਾਂ ਦੇ ਵਿੱਚ ਆਪਣਾ ਬੰਦਾ ਖੜਨ ਤੇ ਧਮਕਾ ਰਿਹਾ ਹੈ ਕਹਿੰਦੇ ਮੰਤਰੀ ਤੋਂ ਬਾਅਦ ਗੈਂਗਸਟਰ ਵੀ ਸਰਵਣ ਸਿੰਘ ਨੂੰ ਕਾਲ ਤੇ ਧਮਕੀਆਂ ਦੇ ਰਿਹਾ ਹੈ ਅਸੀਂ ਕਹਿੰਦੇ ਪਹਿਲਾਂ ਵੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਤੇ ਗੈਂਗਸਟਰ ਦੋਵੇਂ ਮਿਲੇ ਹੋਏ ਨੇ ਤੇ ਹੁਣੇ ਤਾਂ ਸਾਫ਼ ਹੀ ਹੋ ਗਿਆ